पंजाब दे विच ईसाईयत दा प्रचार बहुत ज्यादा हो रहा है ते पंजाब दे तकरीबन 10% लोग ईसाईयत दे विच आ गए ने। सिख ईसाईयत दे विच क्यों आउंदे ने अज दी अपनी इस वीडियो दे विच असीं जानांगे। खैर पहलो ते आपां वीडियो देख लैने आ फिर करदे आ गलबात। गो शुरू हो चुका है आज यीशु मसीह के नाम में। पंजाब गुरुआं पीरां दी धरती है, इत्थे सारे धर्मां दे लोग बड़े प्यार अते सत्कार नाल रल मिल के रहिंदे आ। पिछले लगभग 10 सालों तो ईसाई धर्म का प्रचार पंजाब विच बहुत तेजी नाल हो रहा है। पंजाब दे सिख अते मजहबी सिख भाईचारे दे लोग इन्हां ईसाई प्रोग्रामां विच सब तो वध गिणती विच दिखाई देंदे हन। कितने साल से पकड़ा है? कितने साल से? जानते हो पूछते क्यों हो फिर? आज दी इस वीडियो विच असी इसे बारे चर्चा करांगे कि सिख ईसाई क्यों बन रहे हैं। ईसाई बनने उपरंत ये लोग अपना पुराना सरनेम क्यों नहीं चेंज करते? इन्हां ईसाई डेरियां नूं फंडिंग कित्थों हुंदी है? अते 10 साल पहला पंजाब विच जिन्हां चर्चा नाल कोई नहीं सी जुड़िया होया उन्हां नाल अज 4 से 5 लाख दे करीब लोग किवें जुड़ गए? अते इन्हां तों इलावा होर भी बहुत सारे सवालों के जवाब तुहानूं इस वीडियो विच देण दी कोशिश करांगे। सब तो पहला तुहानूं सब नूं एक छोटी जिही बेनती है, इस वीडियो नूं अखीर तक देखण उपरंत ही अपने विचार कमेंट बॉक्स विच दिओ अते चैनल नूं सबसक्राइब जरूर करिओ, क्योंकि एक वीडियो नूं बनाउण लई बहुत मेहनत अते रिसर्च लगती है। चलो हुण वीडियो नूं शुरू करदे हां। तुसीं सब ने SGPC यानी श्रोमणी गुरद्वारा प्रबंधक कमेटी बारे सुनिया होएगा, पर की तुहानूं पता है पंजाब विच एक SCPC नाम की संस्था भी बन चुकी है जिसकी फुल फॉर्म है श्रोमणी चर्च प्रबंधक कमेटी। जबकि भारत विच पहला तो ही CNI यानी चर्च ऑफ नॉर्दर्न इंडिया वर्गियां संस्थावां चल रही हैं, तो फिर सिखां नाल मिलदियां सेम नेम दियां संस्थावां बनाउण दी कोई लोड़ पै गई? ਇਹ ਤਾਂ ਕੁਝ ਨਹੀਂ, ਧਾਰਮਿਕ ਗ੍ਰੰਥਾਂ ਦੇ ਨਾਮ ਤੇ ਈਸਾਈ ਕਮੇਟੀਆਂ ਨੇ ਯਿਸ਼ੂ ਵੇਦ, ਯਿਸ਼ੂ ਗ੍ਰੰਥ ਅਤੇ ਯਿਸ਼ੂ ਕੁਰਾਨ ਨਾਮ ਦੀਆਂ 3 ਕਿਤਾਬਾਂ ਵੀ ਛਪਾਈਆਂ ਹਨ, ਜਿਸ ਬਾਰੇ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਹਨਾਂ ਕਿਤਾਬਾਂ ਨੂੰ ਛਪਾਉਣ ਦਾ ਕੀ ਮਕਸਦ ਹੋਵੇਗਾ। ਬੁੱਕਸ ਇਹਨਾਂ ਨਿਕਾਲੀਏ, ਇੱਕ ਯਿਸ਼ੂ ਕੁਰਾਨ, ਇੱਕ ਯਿਸ਼ੂ ਵੇਦ ਔਰ ਇੱਕ ਯਿਸ਼ੂ ਗ੍ਰੰਥ, ਇਹ ਅਲੱਗ ਅਲੱਗ ਨਾਮੋਂ ਸੇ ਯਹਾਂ ਪੇ ਪ੍ਰਚਾਰ ਕਰ ਰਹੇ ਹੈ। ਇਨਕਾ ਕਿਆ ਹੈ ਕਿ ਇਨਕਲਚਰੇਸ਼ਨ। ਸਾਡਾ ਇਸ ਵੀਡੀਓ ਵਿੱਚ ਈਸਾਈ ਧਰਮ ਨੂੰ ਗਲਤ ਸਾਬਿਤ ਕਰਨ ਦਾ ਕੋਈ ਮਕਸਦ ਨਹੀਂ ਹੈ, ਬਲਕਿ ਇਸ ਧਰਮ ਦੀ ਆੜ ਲੈ ਕੇ ਕੀਤੇ ਜਾ ਰਹੇ ਬ੍ਰੇਨ ਵਾਸ਼ ਦੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਇਹ ਆਪਣੇ ਧਰਮ ਦੀ ਆਪ ਬੇਅਦਬੀ ਕਰ ਰਹੇ ਹਾਂ। ਜੇਕਰ ਆਪਾਂ ਗੋਰਿਆਂ ਦੀ ਗੱਲ ਕਰੀਏ ਜਿੱਥੋਂ ਇਸ ਧਰਮ ਦੀ ਸ਼ੁਰੂਆਤ ਹੋਈ, ਉਹਨਾਂ ਦੀਆਂ ਚਰਚਾਂ ਵਿੱਚ ਪੰਜਾਬ ਦੇ ਨਵੇਂ ਬਣੇ ਈਸਾਈਆਂ ਵਾਂਗੂ ਸਟੇਜਾਂ ਲਗਾ ਕੇ ਨਾਚ ਗਾਣਾ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਯਿਸ਼ੂ ਭਗਵਾਨ ਦੀਆਂ ਫੋਟੋਆਂ ਲਗਾ ਕੇ ਗਲੀਆਂ ਵਿੱਚ ਪਰਚੇ ਸੁੱਟੇ ਜਾਂਦੇ ਹਨ ਜੋ ਅਕਸਰ ਪੈਰਾਂ ਵਿੱਚ ਰੁਲਦੇ ਅਤੇ ਨਾਲੀਆਂ ਵਿੱਚ ਡਿੱਗੇ ਮਿਲਦੇ ਹਨ। ਹੁਣ ਗੱਲ ਕਰਦੇ ਹਾਂ ਪੰਜਾਬ ਦੇ ਲੋਕ ਈਸਾਈ ਧਰਮ ਅਪਣਾ ਕਿਉਂ ਰਹੇ ਆ। ਜੇਕਰ ਆਪਾਂ ਪੰਜਾਬ ਵਿੱਚ ਇਸ ਧਰਮ ਨੂੰ ਅਪਣਾ ਚੁੱਕੇ ਜਾਂ ਇਹਨਾਂ ਡੇਰਿਆਂ ਨਾਲ ਜੁੜੇ ਲੋਕਾਂ ਨੂੰ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਮੈਕਸੀਮਮ ਲੋਕ ਆਰਥਿਕ ਪੱਖੋਂ ਕਮਜ਼ੋਰ ਜਾਂ ਕਿਸੇ ਬਿਮਾਰੀ ਨੂੰ ਠੀਕ ਕਰਵਾਉਣ ਲਈ ਜੁੜੇ ਸਨ। ਇਸ ਪ੍ਰਕਾਰ ਇਸ ਨੂੰ ਇੱਕ ਮੈਜੀਕਲ ਰੂਪ ਦੇ ਕੇ ਇਸ ਨੂੰ ਮੀਡੀਆ, TV ਅਤੇ ਸੋਸ਼ਲ ਮੀਡੀਆ ਨਾਲ ਪ੍ਰਮੋਟ ਕੀਤਾ ਜਾਂਦਾ ਹੈ। ਇਹ ਆਪਣੀਆਂ ਚਰਚਾਂ ਵਿੱਚ ਮਹਾਸਭਾ ਬੁਲਾਉਂਦੇ ਹਨ ਜਿੱਥੇ ਇਹ ਆਪਣੇ ਲੋਕਾਂ ਤੋਂ ਗਵਾਹੀਆਂ ਬੁਲਾਉਂਦੇ ਹਨ ਕਿ ਮੈਂ ਇਸ ਫਲਾਣੀ ਬਿਮਾਰੀ ਤੋਂ ਠੀਕ ਹੋ ਗਿਆ ਜਾਂ ਇਹ ਮੇਰਾ ਫਲਾਣਾ ਕੰਮ ਬਣਦਾ ਨਹੀਂ ਪਿਆ ਸੀ ਉਹ ਇੱਥੇ ਆ ਕੇ ਬਣ ਗਿਆ। ਜਿਸ ਨੂੰ ਦੇਖ ਕੇ ਇਹਨਾਂ ਹਾਲਾਤਾਂ ਨਾਲ ਜੂਝ ਰਹੇ ਲੋਕ ਇਸ ਕਹਾਣੀ ਵਿੱਚੋਂ ਆਪਣੇ ਆਪ ਨੂੰ ਦੇਖਦੇ ਹਨ ਅਤੇ ਇਹਨਾਂ ਡੇਰਿਆਂ ਨਾਲ ਜੁੜਦੇ ਹਨ। ਅੰਕੁਰ ਨਰੂਲਾ ਨਾਮ ਦੇ ਪਾਦਰੀ ਬਾਰੇ ਤੁਸੀਂ ਸਭ ਨੇ ਜ਼ਰੂਰ ਸੁਣਿਆ ਹੋਵੇਗਾ। ਇਸ ਦੇ ਬਾਰੇ ਜੇਕਰ ਦੇਖੀਏ ਤਾਂ ਅੱਜ ਤੋਂ 5 ਸਾਲ ਪਹਿਲਾਂ ਤੱਕ ਇਸ ਨੂੰ ਕੋਈ ਨਹੀਂ ਸੀ ਜਾਣਦਾ ਅਤੇ ਇੱਕ ਡਾਕੂਮੈਂਟਰੀ ਅਨੁਸਾਰ ਅੰਕੁਰ ਨਰੂਲਾ ਦੇ ਨਾਲ 2008 ਵਿੱਚ ਕੇਵਲ 3 ਤੋਂ 5 ਲੋਕ ਜੁੜੇ ਹੁੰਦੇ ਸੀ ਜੋ ਮੌਜੂਦਾ ਸਮੇਂ ਵਿੱਚ 5 ਤੋਂ 6 ਲੱਖ ਦੀ ਗਿਣਤੀ ਹੋ ਚੁੱਕੀ ਹੈ। ਕੇਵਲ ਇਸ ਇੱਕ ਇਨਸਾਨ ਦੇ ਨਾਲ ਨਹੀਂ ਬਲਕਿ ਪੰਜਾਬ ਵਿੱਚ ਵੱਖ ਵੱਖ ਥਾਵਾਂ ਉੱਪਰ 5 ਤੋਂ 7 ਅਜਿਹੇ ਹੋਰ ਵੀ ਪਾਦਰੀ ਹਨ ਜਿਨ੍ਹਾਂ ਨਾਲ ਲੱਖਾਂ ਲੋਕ ਜੁੜ ਚੁੱਕੇ ਹਨ। ਹੁਣ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਦੁਆਰਾ ਬ੍ਰੇਨ ਵਾਸ਼ ਕੀਤਾ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਧਰਤੀ ਦੇ ਉੱਤੇ ਕੁਝ ਨਕਲੀ ਪਾਸਟਰਾਂ ਵੱਲੋਂ ਸਿੱਖਾਂ ਨੂੰ ਜ਼ਬਰੀ ਈਸਾਈ ਬਣਾਉਣ ਵਾਸਤੇ ਇੱਕ ਪਖੰਡਵਾਦ ਦਾ ਸਹਾਰਾ ਜਿਹੜਾ ਲਿਆ ਜਾ ਰਿਹਾ। ਪਰ ਇੱਥੇ ਦੂਸਰਾ ਪੱਖ ਵੀ ਦੇਖਣਾ ਬਣਦਾ ਹੈ
ਇਹਨਾਂ ਸਿੱਖ ਜਥੇਬੰਦੀਆਂ ਨੂੰ ਆਪਣੇ ਅੰਦਰ ਵੀ ਝਾਕ ਕੇ ਦੇਖਣਾ ਪਵੇਗਾ ਕਿ ਸਿੱਖ ਧਰਮ ਦਾ ਪ੍ਰਚਾਰ ਕਿੰਨਾ ਕੁ ਹੋ ਰਿਹਾ ਹੈ। ਜਿਵੇਂ ਈਸਾਈ ਧਰਮ ਨੂੰ ਪ੍ਰਚਾਰਨ ਵਾਲੇ ਲੋਕ ਆਮ ਪਿੰਡਾਂ ਵਿੱਚ ਪਰਚੇ ਵੰਡਦੇ ਦਿਖਦੇ ਹਨ ਕਿ ਸਿੱਖ ਧਰਮ ਦਾ ਪ੍ਰਚਾਰ ਇਸ ਤਰ੍ਹਾਂ ਘਰ ਤੋਂ ਘਰ ਤੱਕ ਹੋ ਰਿਹਾ ਹੈ। ਇਸ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ SGPC ਨੂੰ ਰਾਜਨੀਤਿਕ ਪਾਰਟੀਆਂ ਦਾ ਪੱਲਾ ਛੱਡ ਕੇ ਧਾਰਮਿਕ ਮੁੱਦੇ ਵਿਚਾਰਨੇ ਪੈਣਗੇ। ਜੇਕਰ ਸਿੱਖ ਧਰਮ ਨੂੰ ਪ੍ਰਚਾਰਨਾ ਹੈ ਤਾਂ ਇੱਥੇ ਇੱਕ ਇਹ ਵੀ ਗੱਲ ਵਿਚਾਰਨ ਵਾਲੀ ਹੈ ਕਿ ਜੋ ਲੋਕ ਦਲਿਤ ਪਰਿਵਾਰਾਂ ਵਿੱਚੋਂ ਜਾਂ ਮਜ਼ਹਬੀ ਸਿੱਖਾਂ ਵਿੱਚੋਂ ਈਸਾਈ ਧਰਮ ਨੂੰ ਅਪਣਾਉਂਦੇ ਹਨ ਉਹ ਆਪਣਾ ਸਰਨੇਮ ਜਾਂ ਜਾਤ ਆਪਣੇ ਨਾਮ ਨਾਲੋਂ ਨਹੀਂ ਹਟਾਉਂਦੇ। ਇਸੇ ਦਾ ਹੀ ਕਾਰਨ ਹੈ ਕਿ ਪੰਜਾਬ ਵਿੱਚ ਜੇਕਰ ਧਾਰਮਿਕ ਅੰਕੜੇ ਦੇਖੇ ਜਾਣ ਤਾਂ ਈਸਾਈ ਸਿਰਫ 1% ਬਣਦੇ ਹੈ ਪਰ ਸੱਚਾਈ ਇਹ ਹੈ ਕਿ ਪੰਜਾਬ ਦੀ ਕੁੱਲ ਆਬਾਦੀ ਦਾ ਲਗਭਗ 10% ਤੋਂ ਵੱਧ ਹਿੱਸਾ ਈਸਾਈ ਧਰਮ ਨੂੰ ਅਪਣਾ ਚੁੱਕਿਆ ਹੈ। ਜੇਕਰ ਹੁਣ ਸਰਨੇਮ ਜਾਂ ਜਾਤ ਨੂੰ ਆਪਣੇ ਨਾਮ ਪਿੱਛੋਂ ਨਾ ਹਟਾਉਣ ਦੀ ਗੱਲ ਕਰੀਏ ਤਾਂ ਇਸ ਦਾ ਕਾਰਨ ਹੈ ਸਰਕਾਰ ਵੱਲੋਂ ਮਿਲਣ ਵਾਲੀਆਂ ਸੁਵਿਧਾਵਾਂ, ਕਿਉਂਕਿ ਜੇਕਰ ਉਹ ਆਪਣੇ ਨਾਮ ਪਿੱਛੋਂ ਆਪਣੀ ਬੈਕਵਰਡ ਜਾਤ ਦਾ ਨਾਮ ਹਟਾ ਦੇਣਗੇ ਜਾਂ ਸਰਨੇਮ ਹਟਾ ਦੇਣਗੇ ਤਾਂ ਸਰਕਾਰ ਵੱਲੋਂ ਮਿਲਣ ਵਾਲੀਆਂ ਸੁਵਿਧਾਵਾਂ ਤੋਂ ਵਾਂਝੇ ਹੋ ਜਾਣਗੇ। 2011 ਦੀ ਇੱਕ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੀ ਉਸ ਸਮੇਂ 2,80,00,000 ਤੋਂ ਵੱਧ ਪਾਪੂਲੇਸ਼ਨ ਸੀ ਅਤੇ ਉਸ ਵਿੱਚੋਂ 3,50,000 ਦੇ ਕਰੀਬ ਕ੍ਰਿਸਚਨ ਸੀ, ਜਦਕਿ ਹੁਣ 2022 ਦੇ ਵਿੱਚ ਇਹ ਨੰਬਰ ਕਈ ਗੁਣਾ ਵੱਧ ਚੁੱਕਾ ਹੈ ਅਤੇ ਹੁਣ ਤਕਰੀਬਨ 33-35 ਲੱਖ ਕ੍ਰਿਸਚਨ ਪੰਜਾਬ ਵਿੱਚ ਹੋ ਚੁੱਕੇ ਹਨ ਅਤੇ ਹੁਣ ਦੀ ਪਾਪੂਲੇਸ਼ਨ ਪੰਜਾਬ ਵਿੱਚ 3.5 ਕਰੋੜ ਦੇ ਲਗਭਗ ਹੈ ਅਤੇ ਹੁਣ ਇਹਨਾਂ 10% ਕ੍ਰਿਸਚਨਾਂ ਨੇ ਸਰਕਾਰ ਅੱਗੇ ਮੰਗ ਰੱਖਣੀ ਸ਼ੁਰੂ ਕਰ ਦਿੱਤੀ ਹੈ ਕਿ ਉਹਨਾਂ ਲਈ ਸਰਕਾਰੀ ਨੌਕਰੀਆਂ ਲਈ ਰਿਜ਼ਰਵੇਸ਼ਨ ਰੱਖੀ ਜਾਵੇ ਅਤੇ ਪੋਲੀਟੀਕਲ ਵਿੱਚ ਵੀ ਕੁਝ ਸੀਟਸ ਰਿਜ਼ਰਵ ਰੱਖੀਆਂ ਜਾਣ ਕ੍ਰਿਸਚਨਸ ਲਈ। 2011 ਵਿੱਚ ਪੰਜਾਬ ਦੇ ਅੰਮ੍ਰਿਤਸਰ ਵਿੱਚ 2% ਅਤੇ ਗੁਰਦਾਸਪੁਰ ਵਿੱਚ 7% ਕ੍ਰਿਸਚਨ ਸਨ, ਜਿਨ੍ਹਾਂ ਦੀ ਗਿਣਤੀ ਹੁਣ ਵੱਧ ਕੇ 19-22% ਹੋ ਚੁੱਕੀ ਹੈ ਅਤੇ ਕਈ ਰਿਪੋਰਟਸ ਦਾ ਤਾਂ ਇਹ ਵੀ ਮੰਨਣਾ ਹੈ ਕਿ ਇਹ ਗਿਣਤੀ 25-28% ਦੀ ਹੈ। ਜਿਵੇਂ ਪੰਜਾਬ ਦੇ ਹਰ ਇੱਕ ਪਿੰਡ ਵਿੱਚ ਗੁਰਦੁਆਰਾ ਸਾਹਿਬ ਹੈ, ਇਸੇ ਤਰ੍ਹਾਂ ਅੱਜ ਕੱਲ੍ਹ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਦੁਆਬੇ ਮਾਲਵੇ ਦੇ ਜ਼ਿਆਦਾਤਰ ਪਿੰਡਾਂ ਵਿੱਚ ਤੁਹਾਨੂੰ ਚਰਚ ਦੇਖਣ ਨੂੰ ਮਿਲ ਜਾਣਗੇ, ਜਿਨ੍ਹਾਂ ਦੇ ਪਾਦਰੀ ਵੀ ਕੋਈ ਸਾਲਾਂ ਤੋਂ ਇਸ ਧਰਮ ਨਾਲ ਨਹੀਂ ਜੁੜੇ ਹੁੰਦੇ, ਬਲਕਿ 5-6 ਮਹੀਨੇ ਪਹਿਲਾਂ ਹੀ ਇਹ ਧਰਮ ਨਾਲ ਜੁੜਦੇ ਹਨ ਅਤੇ ਫਿਰ ਇਹ ਆਪਣੇ ਚਰਚ ਬਣਾ ਲੈਂਦੇ ਹਨ। ਇੱਥੇ ਤੁਸੀਂ ਵੀ ਆਪਣੇ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਏਰੀਏ ਜਾਂ ਤੁਹਾਡੇ ਪਿੰਡ ਵਿੱਚ ਵੀ ਕੋਈ ਅਜਿਹੇ ਚਰਚ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜਲੰਧਰ ਦੇ ਵਿੱਚ ਭਾਰਤ ਦੀ ਨਹੀਂ ਬਲਕਿ ਏਸ਼ੀਆ ਦੀ ਸਭ ਤੋਂ ਵੱਡੀ ਚਰਚ ਬਣ ਜਾ ਰਹੀ ਹੈ, ਜਿਸ ਉੱਪਰ 1,00,000,000 ਰੁਪਏ ਲੱਗ ਰਹੇ ਹਨ ਅਤੇ ਇਹ 1,00,000,000 ਰੁਪਏ ਕਿੱਥੋਂ ਆ ਰਹੇ ਹਨ? ਜਾਂ ਤਾਂ ਇਹ ਚਰਚ ਮੈਨੇਜਮੈਂਟ ਨੂੰ ਪਤਾ ਹੋਏਗਾ ਜਾਂ ਸਾਡੀ ਭਾਰਤੀ ਖੁਫੀਆ ਏਜੰਸੀਆਂ ਨੂੰ। ਪਰ ਇਹਨਾਂ ਸੰਸਥਾਵਾਂ ਨੂੰ ਬਾਹਰੋਂ ਬਹੁਤ ਫੰਡਿੰਗ ਹੁੰਦੀ ਹੈ। ਉੱਥੇ ਹੀ ਸੁਣਨ ਨੂੰ ਮਿਲਦਾ ਹੈ ਕਿ ਕਈ ਪੋਲੀਟੀਕਲ ਪਾਰਟੀਜ਼ ਵੀ ਇਹਨਾਂ ਨੂੰ ਫੰਡਿੰਗ ਦੇ ਰਹੀ ਹਨ ਤਾਂ ਜੋ ਸਮਾਂ ਆਉਣ 'ਤੇ ਇਹਨਾਂ ਸੰਸਥਾਵਾਂ ਦੇ ਭਗਤਾਂ ਦੀਆਂ ਵੋਟਾਂ ਲਈਆਂ ਜਾ ਸਕਣ। ਇਸ ਕਰਕੇ ਇਹਨਾਂ ਚਰਚਾਂ ਵਿੱਚ ਪੋਲੀਟੀਕਲ ਲੀਡਰ ਵੀ ਆਮ ਦੇਖੇ ਜਾ ਸਕਦੇ ਹਨ, ਭਾਵੇਂ ਉਹ ਅਕਾਲੀ ਦਲ ਹੋਵੇ, ਕਾਂਗਰਸ ਜਾਂ ਆਮ ਆਦਮੀ ਪਾਰਟੀ, ਕੋਈ ਵੀ ਪੋਲੀਟੀਕਲ ਪਾਰਟੀ। ਜੇਕਰ ਅਸੀਂ ਇਤਿਹਾਸ ਵਿੱਚ ਵੀ ਦੇਖੀਏ ਤਾਂ ਪੰਜਾਬ ਦੇ ਕਈ ਰਾਜਸੀ ਘਰਾਣੇ ਗੋਰਿਆਂ ਦੇ ਸਮੇਂ ਵੀ ਈਸਾਈ ਧਰਮ ਅਪਣਾ ਗਏ ਸੀ, ਪਰ ਬ੍ਰਿਟਿਸ਼ ਗੌਰਮੈਂਟ ਤੋਂ ਆਜ਼ਾਦੀ ਦੇ ਬਾਅਦ ਉਹਨਾਂ ਨੇ ਫਿਰ ਵਾਪਸ ਆਪਣਾ ਮੂਲ ਧਰਮ ਅਪਣਾ ਲਿਆ ਸੀ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਸਭ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਅੱਜ ਕੱਲ੍ਹ ਲੋਕ ਕ੍ਰਿਸਚਨ ਧਰਮ ਵਿੱਚ ਫ੍ਰੀ ਐਜੂਕੇਸ਼ਨ, ਫ੍ਰੀ ਮੈਡੀਕਲ ਅਤੇ ਹੋਰ ਮੁੱਢਲੀਆਂ ਸਹਾਇਤਾ ਲਈ ਜੁੜ ਰਹੇ ਆ। ਇਸ ਤੋਂ ਇਲਾਵਾ ਇਹਨਾਂ ਦੇ ਸਮਾਗਮਾਂ ਤੱਕ ਲੋਕਾਂ ਨੂੰ ਪਹੁੰਚਾਉਣ ਅਤੇ ਲਿਜਾਣ ਦਾ ਪੂਰਾ ਪ੍ਰਬੰਧ ਚਰਚ ਵੱਲੋਂ ਹੁੰਦਾ ਹੈ। ਇੱਥੇ SGPC ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਹਰ ਇੱਕ ਗੁਰਦੁਆਰੇ ਅੰਦਰ ਧਰਮ ਦਾ ਪ੍ਰਚਾਰ ਕਰਨ ਲਈ ਨਵੇਂ ਰਾਗੀ ਗ੍ਰੰਥੀ ਪ੍ਰਚਾਰਕਾਂ ਨੂੰ ਤਿਆਰ ਕਰਨ ਅਤੇ ਉਹਨਾਂ ਨੂੰ ਚੰਗੀਆਂ ਤਨਖਾਹਾਂ ਦੇਣ ਅਤੇ ਨਾਲ ਦੀ ਨਾਲ ਗੁਰਦੁਆਰਿਆਂ ਦਾ 1,00,000 ਰੁਪਏ ਦਾ ਬਜਟ ਕਿਸੇ ਜੇਬ ਵਿੱਚ ਜਾਣ ਦੀ ਬਜਾਏ ਚੰਗੇ ਹੌਸਪੀਟਲਸ ਅਤੇ ਸਕੂਲ ਨੂੰ ਪੂਰੇ ਪੰਜਾਬ ਵਿੱਚ ਬਣਾਏ ਜਾਣ ਅਤੇ ਨਵੀਂ ਪੀੜ੍ਹੀ ਨੂੰ ਸਾਡੇ ਅਮੀਰ ਇਤਿਹਾਸ ਬਾਰੇ ਜਾਣੂ ਕਰਾਇਆ ਜਾਵੇ। ਉੱਥੇ ਹੀ ਸਰਕਾਰ ਨੂੰ ਵੀ ਵੋਟਾਂ ਨੂੰ ਪਿੱਛੇ ਰੱਖ ਸਹੀ ਅਤੇ ਗਲਤ ਦੀ ਪਰਖ ਕਰਕੇ ਜੋ ਵੀ ਪਖੰਡਵਾ ਚੱਲ ਰਿਹਾ ਹੈ ਉਸ ਨੂੰ ਰੋਕਿਆ ਜਾਵੇ ਅਤੇ ਨਾਲ ਦੀ ਨਾਲ ਜੋ ਕ੍ਰਿਸਚਨ ਭਾਈਚਾਰਾ ਹੈ ਉਹਨਾਂ ਨੂੰ ਵੀ ਇਹਨਾਂ ਡੇਰਿਆਂ ਉੱਪਰ ਧਿਆਨ ਦੇਣਾ ਚਾਹੀਦਾ ਹੈ ਕਿ ਕਿਵੇਂ ਲੋਕਾਂ ਦੇ ਇਮੋਸ਼ਨਸ ਦਾ ਫਾਇਦਾ ਚੁੱਕ ਕੇ ਉਹਨਾਂ ਨੂੰ ਈਸਾਈ ਧਰਮ ਦੇ ਨਾਮ 'ਤੇ ਜੋੜਿਆ ਜਾ ਰਿਹਾ ਹੈ। ਇਸ ਮੁੱਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਵਿੱਚ ਸਭ ਨਾਲ ਸ਼ੇਅਰ ਜ਼ਰੂਰ ਕਰੋ ਅਤੇ ਸਾਡੀ ਇਹ ਰਿਸਰਚ ਅਤੇ ਵੀਡੀਓ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਅਜਿਹੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਵੀ ਲਾਈਕ ਕਰੋ।
ਧੰਨਵਾਦ। ਦੇਖੋ ਜੀ, ਇਸ ਗੱਲ ਦਾ ਮੈਂ ਬਹੁਤ ਜ਼ਿਆਦਾ ਹਿਸਾਬ ਲਗਾਇਆ ਹੈ ਕਿ ਅਗਰ ਕੋਈ ਸਿੱਖ ਵੀਰ ਚੰਗਾ ਕੰਮ ਕਰਦਾ ਹੈ ਤੇ ਮੁਸਲਮਾਨ ਤੇ ਹਿੰਦੂ ਉਹਦੀ ਬਹੁਤ ਜ਼ਿਆਦਾ ਤਾਰੀਫ ਕਰਦੇ ਨੇ, ਤੇ ਅਗਰ ਕੋਈ ਮੁਸਲਮਾਨ ਚੰਗਾ ਕੰਮ ਕਰਦਾ ਹੈ ਤੇ ਸਿੱਖ ਵੀਰ ਉਹਨਾਂ ਦੀ ਬਹੁਤ ਜ਼ਿਆਦਾ ਤਾਰੀਫ ਕਰਦੇ ਨੇ, ਤੇ ਅਗਰ ਕੋਈ ਹਿੰਦੂ ਕੋਈ ਚੰਗਾ ਕੰਮ ਕਰਦਾ ਹੈ ਤੇ ਸਿੱਖ ਤੇ ਮੁਸਲਮਾਨ ਉਹਨਾਂ ਦੀ ਬਹੁਤ ਜ਼ਿਆਦਾ ਤਾਰੀਫ ਕਰਦੇ ਨੇ। ਯਾਨੀ ਕਿ ਇਹਨਾਂ ਤਿੰਨਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਭਾਈਚਾਰਾ ਹੈ। ਇਹਦੇ ਬਰਕਸ ਅਗਰ ਅਸੀਂ ਈਸਾਈਆਂ ਨੂੰ ਦੇਖੀਏ ਤੇ ਸਿੱਖ ਮੁਸਲਮਾਨ ਹਿੰਦੂ ਕੋਈ ਵੀ ਚੰਗਾ ਕੰਮ ਕਰ ਲੈਣ, ਇਹਨਾਂ ਨੇ ਉਹਨਾਂ ਦੀ ਤਾਰੀਫ ਬਿਲਕੁਲ ਨਹੀਂ ਕਰਨੀ। ਇਹ ਕਹਿੰਦੇ ਨੇ ਕਿ ਜੋ ਕੁਛ ਹੈ ਅਸੀਂ ਹੈ, ਹੋਰ ਕੋਈ ਵੀ ਚੰਗਾ ਕੰਮ ਕਰੇ ਜਾਂ ਨਾ ਕਰੇ ਉਹਨੂੰ ਇਹ ਗਿਣਦੇ ਹੀ ਨਹੀਂ ਹੈ। ਯਾਨੀ ਕਿ ਕਿਸੇ ਵੀ ਧਰਮ ਦੀ ਇਹਨਾਂ ਨੇ ਤਾਰੀਫ ਕਰਨੀ ਨਹੀਂ ਹੈ। ਨੰਬਰ 2 ਦੇ ਉੱਤੇ ਈਸਾਈ ਡੋਰ ਟੂ ਡੋਰ ਜਾ ਕੇ ਈਸਾਈਅਤ ਦਾ ਪ੍ਰਚਾਰ ਕਰਦੇ ਨੇ। ਪਿਛਲੇ ਦਿਨੋਂ ਇੱਕ ਸਿੱਖ ਭੈਣ ਸੀ, ਉਹਦੇ ਨਾਲ ਇੱਕ ਈਸਾਈ ਜਿਹੜਾ ਫੇਸਬੁੱਕ ਦੇ ਉੱਤੇ ਜੁੜ ਗਿਆ ਤੇ ਭੈਣ ਭਰਾ ਬਣ ਗਏ, ਔਰ ਕਈ ਸਾਲ ਗੱਪਸ਼ਪ ਲਾਉਣ ਤੋਂ ਬਾਅਦ ਉਸ ਈਸਾਈ ਨੇ ਉਸ ਸਿੱਖ ਭੈਣ ਨੂੰ ਆਫਰ ਕੀਤੀ ਕਿ ਤੂੰ 1,000,000 ਰੁਪਈਆ ਜਿਹੜਾ ਉਹ ਲੈ ਲੈ ਤੇ ਈਸਾਈਅਤ ਦਾ ਪ੍ਰਚਾਰ ਜਿਹੜਾ ਉਹ ਪੰਜਾਬ ਦੇ ਵਿੱਚ ਸ਼ੁਰੂ ਕਰ ਦੇ, ਤੂੰ ਵੀ ਈਸਾਈ ਹੋ ਜਾ, ਚਾਹੇ ਤੂੰ ਜ਼ਾਹਰੀ ਤੌਰ ਤੇ ਸਿੱਖ ਹੀ ਰਹਿ ਲੇਕਿਨ ਤੂੰ ਈਸਾਈਅਤ ਦਾ ਪ੍ਰਚਾਰ ਕਰ। ਆਓ ਪਹਿਲਾਂ ਇੱਕ ਛੋਟੀ ਜਿਹੀ ਵੀਡੀਓ ਹੈ, ਇਹ ਵੀ ਦੇਖ ਲਈਏ। ਮੇਰੇ ਨਾਲ ਫੇਸਬੁੱਕ ਤੇ ਕਾਫੀ ਟਾਈਮ ਤੋਂ ਇੱਕ ਭਾਈ ਸਾਹਿਬ ਐਡ ਨੇ, ਜਸਵੀਰ ਸਿੰਘ, ਕਾਫੀ ਗੁਰਸਿੱਖ ਬੰਦੇ ਲੱਗਦੇ ਸੀ ਉਹ ਮੈਨੂੰ ਵੇਖਣ ਨੂੰ। ਥੋੜੀ ਸਾਂਝ ਸੀ, 2-2.5 ਸਾਲ ਤੋਂ ਮੇਰੇ ਨਾਲ ਫੇਸਬੁੱਕ ਤੇ ਨੇ, ਬਜੁਰਗ ਨੇ, ਪੜ੍ਹੇ ਲਿਖੇ ਨੇ, PhD ਨੇ ਸੀ, ਔਰ ਉਹਨਾਂ ਨੇ ਹਮੇਸ਼ਾ ਕਹਿਣਾ ਤੂੰ ਮੇਰੀ ਬੇਟੀ ਆ, ਤੂੰ ਮੇਰੀ ਧੀ ਆ, ਕੋਈ ਵੀ ਗੱਲ ਹੋਵੇ ਤੁਸੀਂ ਮੈਨੂੰ ਦੱਸਿਆ ਕਰੋ, ਮੈਂ ਪ੍ਰੋਬਲਮ ਤੁਹਾਡੀ ਹਰ ਸੋਲਵ ਕਰੂੰਗਾ ਪੁੱਤ, ਵਗੈਰਾ ਵਗੈਰਾ। ਜਦੋਂ ਉਹਨਾਂ ਨੇ ਮੈਨੂੰ ਫੋਨ ਕਰਕੇ ਇਹ ਗੱਲ ਕਹੀ, ਸਾਡਾ ਜਿਹੜਾ ਇੱਕ ਮਿਸ਼ਨ ਆ, ਅਸੀਂ ਤੈਨੂੰ ਉਸ ਮਿਸ਼ਨ ਚ ਸ਼ਾਮਿਲ ਕਰਨਾ ਚਾਹੁੰਦੇ ਆ, ਮਤਲਬ ਕਿ ਇਹਦੇ ਬਾਰੇ ਕੁਛ ਦੱਸੋ, ਮੈਨੂੰ ਕੁਛ ਨਹੀਂ ਸਮਝ ਆਈ ਤੁਹਾਡੀ ਗੱਲ। ਕਹਿੰਦੇ ਕਿ ਬੇਸਿਕਲੀ ਮੈਂ ਇੱਕ ਮਿਸ਼ਨਰੀ ਈਸਾਈ ਆ, ਪੰਜਾਬ ਦੇ ਵਿੱਚ ਮੈਨੂੰ ਭੇਜਿਆ ਗਿਆ ਵਾ ਸਿੱਖ ਬਣਾ। ਕਹਿੰਦੇ ਤੂੰ ਮੇਰੀ ਧੀ ਆ, ਤੇਰੇ ਨਾਲ ਮੇਰਾ ਆਪਣਾ ਪਾਣ। ਸਾਡੇ ਮਿਸ਼ਨ ਦੇ ਵਿੱਚ ਇਹ ਆ ਕਿ ਜਿਹੜੇ ਲੋਕ ਅਟਰੈਕਟਿਵ ਨੇ ਲੋਕਾਂ ਨਾਲ, ਜਿਨ੍ਹਾਂ ਦੇ ਵਿੱਚ ਸਹਿਚਾਰ ਆ, ਜਾਂ ਜਿਹੜੇ ਲੋਕਾਂ ਨੂੰ ਆਪਣੇ ਨਾਲ ਜੋੜ ਸਕਦੇ ਨੇ, ਉਹਨਾਂ ਲੋਕਾਂ ਨੂੰ ਇਕੱਠਾ ਕੀਤਾ ਜਾਵੇ। ਬੰਦਾ ਪੜ੍ਹਿਆ ਲਿਖਿਆ ਹੋਵੇ, ਇਹ ਕੁਆਲਿਟੀਆਂ ਅਸੀਂ ਤੁਹਾਡੇ ਚ ਦੇਖੀਆਂ ਨੇ, ਇਸ ਕਰਕੇ ਸਾਡਾ ਮਿਸ਼ਨ ਨਹੀਂ ਚਾਹੁੰਦਾ ਕਿ ਤੁਸੀਂ ਸਾਡੇ ਲਈ ਕੰਮ ਕਰੋ। ਮੈਂ ਕਿਹਾ ਵੀ ਕੀ ਜੋਬ ਹੋਊਗੀ? ਕਹਿੰਦਾ ਲੋਕਾਂ ਦੇ ਵਿੱਚ ਈਸਾਈ ਧਰਮ ਦਾ ਪ੍ਰਚਾਰ ਕਰਨਾ। ਵੀਡੀਓ ਦੇ ਵਿੱਚ ਭੈਣ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨੂੰ ਈਸਾਈਅਤ ਵਾਸਤੇ ਮੁਤਮਿਨ ਕੀਤਾ ਗਿਆ, ਕਿਸ ਤਰ੍ਹਾਂ ਉਹਨੂੰ ਪੈਸੇ ਦੇ ਕੇ ਈਸਾਈਅਤ ਵਾਸਤੇ ਐਗਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਔਰ ਈਸਾਈਅਤ ਦੇ ਪ੍ਰਚਾਰ ਦੇ ਵਾਸਤੇ ਉਹਨੂੰ ਐਗਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਭੈਣ ਜੀ ਨੇ ਉਹਨਾਂ ਦੀ ਗੱਲ ਬਿਲਕੁਲ ਨਹੀਂ ਮੰਨੀ। ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਵਰਗਲਾਇਆ ਜਾ ਰਿਹਾ ਹੈ, ਉਹਨਾਂ ਨੂੰ ਪੈਸੇ ਦੀ ਲਾਲਚ ਦਿੱਤੀ ਜਾ ਰਹੀ ਹੈ ਕਿ ਤੁਸੀਂ ਆਪਣਾ ਧਰਮ ਜਿਹੜਾ ਹੈ ਉਹ ਛੱਡ ਕੇ ਈਸਾਈਅਤ ਦਾ ਪ੍ਰਚਾਰ ਕਰੋ, ਈਸਾਈਅਤ ਦੇ ਵਿੱਚ ਆ ਜਾਓ, ਤੇ ਜਿਹੜੇ ਲੋਕ ਕੱਚੇ ਇਮਾਨ ਦੇ ਨੇ ਉਹ ਛੱਡ ਕੇ ਤੇ ਈਸਾਈਅਤ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਨੇ। ਖੈਰ, ਵੀਡੀਓ ਦੇਖ ਕੇ ਜੋ ਮੈਨੂੰ ਲੱਗਦਾ ਸੀ ਮੈਂ ਆਪਣੇ ਵੀਰਾਂ ਨੂੰ ਦੱਸਦਾ, ਜੋ ਮੇਰੇ ਵੀਰਾਂ ਨੂੰ ਲੱਗਦਾ ਉਹ ਮੈਨੂੰ ਕਮੈਂਟ ਦੇ ਵਿੱਚ ਲਾਜ਼ਮੀ ਦੱਸਣ, ਤੇ ਇਹ ਸੀ ਮੇਰੀ ਅੱਜ ਦੀ ਵੀਡੀਓ, ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਮੇਰੀ ਦਿਓ ਇਜਾਜ਼ਤ, ਰੱਬ ਰਾਖਾ।